ਛੋਟੀ ਉਮਰ ਦੇ ਵਿੱਚ ਹੀ ਮਾਂ ਗੁਜ਼ਰ ਗਈ ਤੇ ਘਰ ਦੀਆਂ ਜਿੰਨੀਆਂ ਜ਼ਿੰਮੇਵਾਰੀਆਂ ਸੀ ਉਹ ਸਾਰੀਆਂ ਸਿਰ ਤੇ ਪੈ ਗਈਆਂ ਇਸ ਚੀਜ਼ ਨੂੰ ਚੱਲਦੇ-ਚੱਲਦੇ ਇੱਕ ਸ਼ੌਂਕ ਸੀ ਮੈਨੂੰ ਇਹੀ ਲੱਗਦਾ ਹੁੰਦਾ ਸੀ ਕਿ ਜਿੱਦਾਂ ਹੁਣ ਮੈਨੂੰ ਇਹ ਘਰ ਦੇ ਕੰਮ ਕਰਨੇ ਪੈ ਰਹੇ ਨੇ ਇਦਾਂ ਹੀ ਵਿਆਹ ਤੋਂ ਬਾਅਦ ਵੀ 15 ਦਸੰਬਰ 2021 ਨੂੰ 22 ਸਾਲਾ ਬਾਅਦ ਇੱਕ ਬਾਜ ਨੂੰ ਉਡਾਰੀ ਭਰਨ ਦਾ ਮੌਕਾ ਮਿਲਿਆ ਤੇ ਫੇਰ ਕੀ ਸੀ 10 ਮਹੀਨਿਆਂ ਦਾ ਸਫ਼ਰ ਮੈਂ ਕੀਤਾ ਆਪਣਾ ਉਸ 10 ਮਹੀਨੇ ਦੇ ਸਫ਼ਰ ਦੇ ਵਿੱਚ ਮੈਨੂੰ ਬਹੁਤ ਮੁਸ਼ਕਲ ਆਈਆਂ ਮੈਂ ਇਹ ਸਫ਼ਰ ਪੰਜਾਬ ਤੋਂ ਸ਼ੁਰੂ ਕੀਤਾ ਸੀ ਫਿਰ ਰਾਜਸਥਾਨ ਗੁਜਰਾਤ ਮਹਾਰਾਸ਼ਟਰ ਸਾਊਥ ਪੂਰਕ ਹੋਂਮ ਕੇ ਦੁਬਾਰਾ ਫੇਮ ਇਸ ਚੀਜ਼ ਦੀ ਐਂਡਿੰਗ ਪੰਜਾਬ ਚ ਆ ਕੇ ਕੀਤੀ ਤੇ ਇਸ ਸਫ਼ਰ ਦੇ ਵਿੱਚ ਮੈਨੂੰ ਕਾਫੀ ਮੁਸ਼ਕਲਾਂ ਆਈਆਂ ਜਿਨ੍ਹਾਂ ਦਾ ਮੈਂ ਸਾਹਮਣਾ ਕੀਤਾ ਇਸ ਸਫ਼ਰ ਦੇ ਵਿੱਚ ਮੈਨੂੰ ਕਾਫੀ ਕੁਝ ਸਿੱਖਣ ਨੂੰ ਵੀ ਮਿਲਿਆ ਜੋ ਚੀਜ਼ ਮੈਨੂੰ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗੀ ਹਾਂ ਇਸ ਸਫ਼ਰ ਨੇ ਮੈਨੂੰ ਬਹੁਤ ਕੁਝ ਸਿਖਾਇਆ ਵੀ ਆ। ਇਸ ਸਫ਼ਰ ਦੇ ਵਿੱਚ ਕਾਫੀ ਕੁਝ ਮੈਂ ਅਚੀਵ ਵੀ ਕੀਤਾ ਜੋ ਮੈਂ ਕਦੇ ਸੋਚਿਆ ਨਹੀਂ ਸੀਗਾ। ਸੋ ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਅਮਨਜੋਤ ਕੌਰ ਹੈ। ਮੈਂ ਪਿੰਡ ਕੋਲਥਮ ਜਿਹੜਾ ਨਵਾਂ ਸ਼ਹਿਰ ਦੀ ਰਹਿਣ ਵਾਲੀ ਆ। ਤੇ ਅੱਜ ਤੋਂ 9 ਮਹੀਨੇ ਪਹਿਲਾਂ ਮੇਰੀ ਲਾਈਫ ਦੇ ਵਿੱਚ ਇੱਕ ਟਰਨਿੰਗ ਪੁਆਇੰਟ ਆਇਆ ਸੀ। ਜਿਸ ਨੇ ਮੇਰੀ ਪੂਰੀ ਲਾਈਫ ਚੇਂਜ ਕਰ ਦਿੱਤੀ। ਤੇ ਉਸ ਟਰਨਿੰਗ ਪੁਆਇੰਟ ਦੀ ਆਪਾਂ ਹੁਣ ਗੱਲ ਕਰਦੇ ਆਂ। ਜੋ ਮੇਰਾ ਸਫ਼ਰ ਸੀ ਉਹ ਵਿਆਹ ਤੋਂ ਬਾਅਦ ਸ਼ੁਰੂ ਹੋਇਆ ਸੀ। ਵਿਆ ਤਾਂ ਪਹਿਲਾਂ ਮੇਰੀ ਲਾਈਫ ਵੀ ਇੱਕ ਸਿੰਪਲ ਸਿੱਧੀ ਚੱਲ ਰਹੀ ਸੀ ਮੈਨੂੰ ਘੁੰਮਣ ਦਾ ਬਹੁਤ ਸ਼ੌਂਕ ਸੀ ਮੈਨੂੰ ਇਹ ਸੀ ਮੈਂ ਦੁਨੀਆ ਦੇਖਾਂ ਦੁਨੀਆ ਨੂੰ ਘੁੰਮਾਂ ਵੀ ਦੁਨੀਆ ਨੂੰ ਬਹੁਤ ਕਰੀਬ ਤੋਂ ਦੇਖਾਂ ਉਸ ਚੀਜ਼ ਨੂੰ ਮੈਂ ਵੀ ਕੀ ਆ ਇਸ ਇਸ ਦੁਨੀਆ ਦੇ ਵਿੱਚ ਤੇ ਇਹ ਚੀਜ਼ ਮੇਰੀ ਦੱਬੀ ਰਹਿ ਗਈ ਛੋਟੀ ਉਮਰ ਦੇ ਵਿੱਚ ਹੀ ਮਾਂ ਗੁਜ਼ਰ ਗਈ ਤੇ ਘਰ ਦੀਆਂ ਜਿੰਨੀਆਂ ਜ਼ਿੰਮੇਵਾਰੀਆਂ ਸੀ ਉਹ ਸਾਰੀਆਂ ਸਿਰ ਤੇ ਪੈ ਗਈਆਂ ਇਸ चीज ਨੂੰ ਚਲਦੇ ਚਲਦੇ ਇੱਕ ਸ਼ੌਂਕ ਸੀ ਉਹ ਇੱਕ ਖੁੰਝ ਵਿੱਚ ਦੱਬੇ ਰਹਿ ਗਏ ਤੇ ਮੈਨੂੰ ਇਹੀ ਲੱਗਦਾ ਹੁੰਦਾ ਸੀ ਵੀ ਜਿੱਦਾਂ ਹੁਣ ਮੈਨੂੰ ਇਹ ਘਰ ਦੇ ਕੰਮ ਕਰਨੇ ਪੈ ਰਹੇ ਨੇ ਇਦਾਂ ਹੀ ਵਿਆਹ ਤੋਂ ਬਾਅਦ ਵੀ ਮੈਨੂੰ ਘਰ ਦੇ ਕੰਮ ਹੀ ਕਰਨੇ ਪੈਣੇ ਨੇ ਪਰ ਨਹੀਂ ਮੇਰੀ ਲਾਈਫ ਚੇਂਜ ਹੋ ਗਈ 2020 ਦੇ ਵਿੱਚ ਮੇਰਾ ਵਿਆਹ ਹੋਇਆ ਕਰੋਨਾ ਦੇ ਟਾਈਮ ਦੇ ਵਿੱਚ ਪਹਿਲਾ ਡੇਢ ਸਾਲ ਤਾਂ ਇਦਾਂ ਹੀ ਘਰ ਦੇ ਕੰਮਾਂ ਵਿੱਚ ਹੀ ਬੀਤ ਗਿਆ ਪਤਾ ਹੀ ਨਹੀਂ ਲੱਗਾ ਪਰ ਹਾਂ ਉਸ 1.5 ਸਾਲ ਦੇ ਵਿੱਚ ਮੈਨੂੰ ਇਸ ਚੀਜ਼ ਦਾ ਜਰੂਰ ਪਤਾ ਲੱਗ ਗਿਆ ਸੀ ਕਿ ਜੋ ਮੇਰਾ ਲਾਈਫ ਪਾਰਟਨਰ ਹੈ ਉਹਨੂੰ ਵੀ ਮੇਰੇ ਵਾਂਗੂ ਘੁੰਮਣ ਦਾ ਸ਼ੌਂਕ ਹੈ ਉਹ ਵੀ ਮੇਰੇ ਵਾਂਗੂ ਇੱਕ ਮੱਕੜ ਹੈ ਤੇ ਹਾਂ ਮੈਨੂੰ ਇੱਕ ਚੀਜ਼ ਦਾ ਇਹ ਹੋ ਗਿਆ ਸੀ ਵੀ ਮੇਰਾ ਸੁਪਨਾ ਪੂਰਾ ਹੋ ਸਕਦਾ ਹੈ ਕਿ ਉਹਨੂੰ ਇਸ ਚੀਜ਼ ਦਾ ਸ਼ੌਂਕ ਹੈ ਅਸੀਂ ਦੋਨੋਂ ਰਲ ਕੇ ਇਹ ਚੀਜ਼ ਪੂਰੀ ਕਰ ਸਕਦੇ ਹਾਂ ਤੇ ਲੱਕੀਲੀ 15 ਦਸੰਬਰ 2021 ਨੂੰ ਅਸੀਂ ਆਪਣਾ ਸਫ਼ਰ ਸ਼ੁਰੂ ਕੀਤਾ 22 ਸਾਲਾਂ ਬਾਅਦ ਇੱਕ ਬਾਜ ਨੂੰ ਉਡਾਰੀ ਭਰਨ ਦਾ ਮੌਕਾ ਮਿਲਿਆ ਤੇ ਫਿਰ ਕੀ ਸੀ ਅਸੀਂ ਇਹ ਸਫ਼ਰ ਸ਼ੁਰੂ ਕੀਤਾ ਸਾਈਕਲ ਤੇ ਕਾਫੀ ਜਾਣੇ ਸੋਚਦੇ ਹੋਣਗੇ ਵੀ ਸਾਈਕਲ ਤੇ ਅਸੀਂ ਕਾਫੀ ਸੋਚ ਵਿਚਾਰ ਕੀਤੀ ਵੀ ਬਾਈਕ ਤੇ ਕਰੀਏ ਜਾਂ ਗੱਡੀ ਤੇ ਕਰੀਏ ਕਿਸ ਚੀਜ਼ ਤੇ ਕਰੀਏ ਪਰ ਕੁਝ ਹਟਕੇ ਕਰਨਾ ਪੈਣਾ ਸੀ ਦੁਨੀਆ ਤੋਂ ਫਿਰ ਅਸੀਂ ਸਾਈਕਲ ਚੂਜ਼ ਕੀਤਾ ਸਾਈਕਲ ਤੇ ਆਪਣਾ ਸਫ਼ਰ ਸ਼ੁਰੂ ਕੀਤਾ 15 ਦਸੰਬਰ 2021 ਨੂੰ ਅਸੀਂ ਘਰੋਂ ਰਵਾਨਗੀ ਕੀਤੀ ਅਸੀਂ ਕੁਛ ਨਹੀਂ ਡਿਸਾਈਡ ਕੀਤਾ ਸੀ ਬਿਨਾ ਪਲੈਨਿੰਗ ਤੋਂ ਅਸੀਂ ਘਰੋਂ ਨਿਕਲੇ ਅਸੀਂ ਸਾਡਾ ਮੇਨ ਮੋਟਿਵ ਸੀਗਾ ਪੰਜ ਤਖਤਾਂ ਦਾ ਵੀ ਪੰਜ ਤਖਤ ਕਰਨੇ ਨੇ ਅਸੀਂ ਲਾਗੇ ਵਾਲਾ ਗੁਰਦੁਆਰਾ ਚੂਜ਼ ਕੀਤਾ ਜਿੱਥੇ ਕੋਈ ਲਾਗੇ ਆ ਤੇ ਉੱਥੇ ਫਿਰ ਅਸੀਂ ਗਏ ਉਸ ਤੋਂ ਬਾਅਦ ਅਸੀਂ ਆਪਣਾ ਜਿਹੜਾ ਪਹਿਲਾ ਅਸੀਂ ਆਪਣੇ ਜਿਹੜੇ ਇੱਥੇ ਦੇ ਤਿੰਨ ਤਖਤ ਸੀ ਉਹ ਕੀਤੇ ਅਨੰਦਪੁਰ ਸਾਹਿਬ ਅੰਮ੍ਰਿਤਸਰ ਸਾਹਿਬ ਤੇ ਦਮਦਮਾ ਸਾਹਿਬ ਤੇ ਫੇ ਪੰਜਾਬ ਤੋਂ ਬਾਹਰ ਨਿਕਲਣਾ ਸੀ ਸਟੇਟ ਤੋਂ ਬਾਹਰ ਨਿਕਲਣਾ ਸੀ ਆਪਣਾ ਚੌਥਾ ਤਖਤ ਕਰਨਾ ਸੀ ਹਜੂਰ ਸਾਹਿਬ ਫੇ ਇੱਕ ਨਾ ਨਿਆਣਿਆਂ ਵਾਂਗੂ ਦਿਮਾਗ 'ਚ ਚੀਜ਼ ਆ ਗਈ ਵੀ ਕਿਉਂ ਨਾ ਆਲ ਇੰਡੀਆ ਕਰ ਲਈਏ ਕਹਿ ਤਾਂ ਦਿੱਤਾ ਪਰ ਕਰਨਾ ਬਹੁਤ ਔਖਾ ਸੀ ਪਤਾ ਸੀ ਇਸ ਚੀਜ਼ ਕਾਫੀ ਮੁਸ਼ਕਲ ਆਣ ਗਈਆਂ ਕਾਫੀ ਚੁਣੌਤਾ ਭਰਿਆ ਇਹ ਸਫ਼ਰ ਰਹੂਗਾ ਪਰ ਇੱਕ ਜਜ਼ਬਾ ਸੀ ਕੁਸ਼ ਕਰਨ ਦਾ ਕੁਝ ਦੁਨੀਆ ਤੋਂ ਹਟ ਕੇ ਕਰਨ ਦਾ ਮੇਰੇ ਅੰਦਰ ਇੱਕ ਜਜ਼ਬਾ ਸੀ ਕੁਝ ਹਟਕੇ ਕਰਨ ਦਾ ਕੁੜੀਆਂ ਦੇ ਲਈ ਖਾਸ ਕਰ ਜੋ ਆਪਣੇ ਆਪ ਨੂੰ ਬਹੁਤ ਵੀਕ ਸਮਝਦੀਆਂ ਨੇ ਇੱਕ ਨਿੱਕੀ ਜਿਹੀ ਮੁਸੀਬਤ ਆਉਣ ਤੇ ਫਿਰ ਅਸੀਂ ਰਾਜਸਥਾਨ ਚ ਐਂਟਰ ਹੋਏ ਰਾਜਸਥਾਨ ਚ ਐਂਟਰ ਹੋਏ ਤਾਂ ਪਹਿਲਾ ਪਹਿਲਾ ਜਿਹੜਾ ਪਹਿਲਾ ਹਫਤਾ ਰਿਹਾ ਮੇਰੇ ਲਈ ਬਹੁਤ ਟਫ ਰਿਹਾ ਕਿਉਂਕਿ ਨਾ ਮੈਂ ਕਦੇ ਕੋਈ ਸਪੋਰਟ ਐਕਟੀਵਿਟੀ ਕੀਤੀ ਸੀ ਨਾ ਕੋਈ ਖੇਡਾਂ ਚ ਭਾਗ ਲਿਆ ਸੀ ਕੁਝ ਨਹੀਂ ਸੀ ਕੀਤਾ ਕਦੇ ਸਾਈਕਲ ਨੂੰ ਹੱਥ ਤੱਕ ਨਹੀਂ ਸੀ ਮੈਂ ਲਾਇਆ ਸਾਈਕਲ ਪਹਿਲਾ ਹਫਤਾ ਚਲਾਇਆ ਪੂਰਾ ਸਰੀਰ ਟੁੱਟਿਆ ਏ ਸੀ ਵੀ ਨਹੀਂ ਇੱਕ ਜਿਹੜਾ ਪੰਗਾ ਲੈ ਲਿਆ ਘਰ ਨੂੰ ਵਾਪਸ ਚਲ ਜਾਈਏ ਪਰ ਇੱਕ ਸਾਥ ਚੰਗਾ ਮਿਲਿਆ ਆ ਕਰਕੇ ਉਹਨੇ ਮੇਰਾ ਹੌਸਲਾ ਵਧਾਇਆ ਨਹੀਂ ਤੂੰ ਕਰ ਸਕਦੀ ਆ ਤੇ ਚ ਉਹ ਹਿੰਮਤ ਹੈ ਤੇ ਚ ਕਾਬਿਲਤ ਹੈ ਇਹ ਚੀਜ਼ ਕਰਨ ਦੀ ਉਹ ਹੌਸਲਾ ਮਿਲਣ ਤੇ ਮੈਂ ਗਾਂ ਵਧੀ ਗਾਂ ਵਧਨ ਤੇ ਉਸ ਤੋਂ ਬਾਅਦ ਇੱਕ ਦਿਨ ਜਿਹੜਾ ਮੈਂ ਕਦੇ ਭੁੱਲ ਨਹੀਂ ਸਕਦੀ ਰਾਜਸਥਾਨ ਦੇ ਵਿੱਚ ਦੇਸੂਰੀ ਘਾਟ ਮੈਂ ਕਦੇ ਇੱਕ ਲੱਕੜ ਦੀ ਪੌੜੀ ਸੀ ਚੜੀ ਇਸ ਚੀਜ਼ ਤੋਂ ਡਰਦੀ ਹੁੰਦੀ ਸੀ ਕਿ ਟੁੱਟ ਜਾਣਾ ਸੱਟ ਲੱਗ ਜਾਣੀ ਪਰ ਉਹ ਪਹਾੜੀ ਚੜੀ ਦੇ ਸੁਰੇ ਘਾਟ ਉਹ 22 ਕਿਲੋਮੀਟਰ ਦੀ ਘਾਟ ਸੀ ਸ਼ੇਰਾਂ ਦਾ ਏਰੀਆ ਸੀ ਚੀਤਿਆਂ ਦਾ ਏਰੀਆ ਸੀ ਲੋਕਾਂ ਨੇ ਬਹੁਤ ਡਰਾਇਆ ਵੀ ਤੁਸੀਂ ਨਾ ਜਾਓ ਬਹੁਤ ਸੌਨਸਾਨ ਏਰੀਆ ਆ ਪਰ ਇੱਕ ਮਨ ਚ ਨਾ ਹਿੰਮਤ ਸੀ ਵੀ ਨਹੀਂ ਲੋਕੀ ਡਰਾ ਰਹੇ ਮੈਂ ਪਿੱਛੇ ਨਹੀਂ ਹਟਣਾ ਮੈਂ ਇਹ ਚੀਜ਼ ਕਰਕੇ ਦਿਖਾਉਣੀ ਆ ਪਰ ਜਿਹੜਾ ਉਹ ਦਿਨ ਸੀ ਮੇਰੇ ਲਈ ਬਹੁਤ ਹਾਰਡ ਸੀ ਕਦੇ ਸਾਈਕਲ ਨਹੀਂ ਸੀ ਚਲਾਇਆ ਕਦੇ ਕੋਈ ਪਹਾੜੀ ਨਹੀਂ ਸੀ ਚੜੀ ਉਹ ਇੱਕ ਡਰ ਉੱਪਰੋਂ ਪਹਾੜੀ ਉੱਪਰੋਂ ਸਾਡੇ ਕੋਲ 25 25 ਕਿਲੋ weight ਹੁੰਦਾ ਸੀ ਦੋਨਾਂ ਦੇ ਕੋਲ ਉਹ ਲੈ ਕੇ ਪਹਾੜੀ ਚੜਨੀ ਕੋਈ ਆਮ ਗੱਲ ਨਹੀਂ ਸੀ ਮੇਰੇ ਲਈ ਬਹੁਤ ਸਖਤ ਦਿਨ ਸੀ ਉਹ ਮੇਰੇ ਲਈ ਤੇ ਮੈਂ ਉਹ ਚੜਿਆ ਜਿੱਥੇ ਹੰਮਤ ਟੁੱਟੀ ਮੈਂ ਉੱਤਰ ਕੇ ਚੜੀ ਕਈ ਵਾਰੀ ਮਨ ਚ ਆਇਆ ਵੀ ਨਹੀਂ ਟਰੱਕ ਚਾੜ ਲੈਣੇ ਆ ਪਰ ਫੇ ਉਹ ਚੀਜ਼ ਦਾ ਫਾਇਦਾ ਕੀ ਸੀ ਉਹ ਚੀਜ਼ ਦਾ ਉਹ ਡਰ ਨੂੰ ਕਿੱਦਾਂ ਮਟਾਇਆ ਜਾਣਾ ਸੀ ਮੈਂ ਇਹੀ ਸੋਚਿਆ ਵੀ ਨਹੀਂ ਚਾਹੇ ਅੱਜ ਇੱਥੇ ਬੇਹੋਸ਼ ਕਿਉਂ ਨਾ ਹੋ ਜਮਾ ਨਵੇਂ ਚੀਜ਼ ਨੂੰ ਸਰ ਜ਼ਰੂਰ ਕਰਨਾ ਹੈ ਆਪਣਾ ਜਿਹੜਾ ਮੈਂ ਡਰਿਆ ਉਹਨੂੰ ਇੱਥੇ ਕੱਢ ਕੇ ਬਾਹਰ ਜਾਣਾ ਹੈ ਉਹ ਜਿਹੜੀ ਪਹਾੜੀ ਚਾੜੀ ਆ ਨਾ ਉਹਨੇ ਮੇਰਾ ਹੌਸਲਾ ਵਧਾਤਾ ਮੇਰੀ ਹਿੰਮਤ ਵਧਾਤੀ ਅੱਗੇ ਗਾਂ ਕੁਝ ਨਵਾਂ ਕਰਨੇ ਦੀ ਕਾਂ ਆਪਣੇ ਘਰ ਦੇਆਂ ਨੂੰ ਕੁਝ ਕਰਕੇ ਦਿਖਾਉਣ ਦੀ ਉਹ ਦਿਨ ਗਿਆ ਉਸ ਤੋਂ ਅੱਗੇ ਗਏ ਫਿਰ ਅਸੀਂ ਉਸ ਤੋਂ ਬਾਅਦ ਬੜਨਾ ਸੀ ਗੁਜਰਾਤ ਦੇ ਵਿੱਚ ਉਸ ਤੋਂ ਪਹਿਲਾਂ ਮਾਉਂਟ ਆਬੂ ਆਉਂਦਾ ਜੋ ਕਿ ਮੇਰੇ ਰਸਤੇ ਵਿੱਚ ਨਹੀਂ ਆਉਂਦਾ ਸੀ ਪਰ ਉਹਨੂੰ ਇੱਕ ਸਰਕਾਰਨ ਦੀ ਇੱਛਾ ਸੀ ਕੋਈ ਜਜ਼ਬਾ ਸੀ ਹਿੰਦ ਸੀ ਉਸ ਨੂੰ ਸਰ ਕਰਨ ਦੀ ਉਹ ਬਾਈ 20 ਕਿਲੋਮੀਟਰ ਦੀ ਘਾਟ ਚਾੜੀ ਮੈਂ ਇੱਕ ਹੋਰ ਪੌੜੀ ਤਾਂ ਚੜ ਗਈ ਮੈਂ ਉਸ ਤੋਂ ਬਾਅਦ ਗੁਜਰਾਤ ਗਏ ਫਿਰ ਬੰਬੇ ਗਏ ਜਿਹੜਾ ਕਿ ਸਾਰਿਆਂ ਦਾ ਸੁਪਨਾ ਹੁੰਦਾ ਆ ਮੁੰਬਈ ਦੇਖਣ ਦਾ ਇੱਕ ਚੱਕਾ ਚੌਂਤ ਦੇਖਣ ਦਾ ਉੱਥੇ ਉਹ ਚ ਇਮਾਰਤਾਂ ਜਿੱਥੇ ਫਿਲਮੀ ਦੁਨੀਆ ਵੱਸਦੀ ਆ ਉਹਨੂੰ ਦੇਖਣ ਦਾ ਉਹ ਵੀ ਸਾਈਕਲ ਦੇ ਦੇਖੀ ਸਾਡਾ ਮੇਰੀ ਇੱਕ ਖੁਸ਼ਕਿਸਮਤੀ ਇਹ ਸੀ ਵੀ ਸਾਡਾ ਲੋਕਾਂ ਨੇ ਸਾਥ ਬਹੁਤ ਦਿੱਤਾ ਇੱਕ ਕਪਲ ਸੀ ਇਹ ਸੀ ਉਹਨਾਂ ਨੂੰ ਕੁਝ ਫਖਰਾ ਕਰ ਰਹੇ ਨੇ ਕੁਝ ਯੂਨੀਕ ਚੀਜ਼ ਕਰ ਰਹੇ ਨੇ ਸਾਡਾ ਲੋਕਾਂ ਨੇ ਸਾਥ ਦਿੱਤਾ ਉਸ ਤੋਂ ਬਾਅਦ ਫਿਰ ਮਹਾਰਾਸ਼ਟਰ ਗਏ ਜਿਹੜਾ ਆਪਣਾ ਚੌਥਾ ਤਖਤ ਹੈ ਹਜੂਰ ਸਾਹਿਬ ਉੱਥੇ ਸੀਸ ਨਵਾਇਆ ਪਰਮਾਤਮਾ ਦਾ ਸ਼ੁਕਰੀਆ ਕੀਤਾ ਵੀ ਜਿੰਨੀਆਂ ਮੁਸੀਬਤਾਂ ਤੁਸੀਂ ਸਾਤੇ ਸਾਡੇ ਤੇ ਆਈਆਂ ਨੇ ਉਹਨਾਂ ਨੂੰ ਸਰ ਤੋਂ ਦੂਰ ਕੀਤਾ ਉਸ ਤੋਂ ਬਾਅਦ ਫੇਕੀ ਸੀ ਫਿਰ ਸਾਊਥ ਦੇ ਵਿੱਚ ਐਂਟਰ ਹੋਣਾ ਸੀ ਜਿਹੜੀਆਂ ਸਾਊਥ ਦੀਆਂ ਪੰਜ ਸਟੇਟਾਂ ਸੀ ਉਹ ਪੂਰੀਆਂ ਕਰਨੀਆਂ ਸੀ ਇੱਕ ਵੱਖਰੀ ਚੁਣੌਤੀ ਸੀ ਕਿਉਂਕਿ ਉੱਧਰ ਲਈ ਲੈਂਗੁਏਜ ਚੇਂਜ ਬੰਦੇ ਚੇਂਜ ਹਰੇਕ ਚੀਜ਼ ਚੇਂਜ ਹੋਣੀ ਸੀ ਪਰ ਇੱਕ ਹਿੰਮਤ ਸੀ ਇੱਕ ਜਜ਼ਬਾ ਸੀ ਘਰਦਿਆਂ ਦਾ ਆਸ਼ੀਰਵਾਦ ਸੀ ਉੱਥੇ ਗਏ ਹਰੇਕ ਦਾ ਕਲਚਰ ਦੇਖਿਆ ਹਰੇਕ ਦਾ ਹਰੇਕ ਦਾ ਖਾਣ ਪੀਣ ਦੇਖਿਆ ਲੈਂਗੁਏਜ ਦੀ ਪ੍ਰੋਬਲਮ ਆਈ ਪਰ ਨਹੀਂ ਉਹਨੂੰ ਹੱਸ ਕੇ ਲਿਆ ਐਦਾਂ ਦੀਆਂ ਜਗ੍ਹਾ ਤੇ ਵੀ ਜਾ ਕੇ ਰਹੇ ਆ ਜਿੱਥੇ ਪੰਜਾਬੀ ਬੋਲਣੀ ਤਾਂ ਕੀ ਪੰਜਾਬੀ ਬੰਦਾ ਦੇਖਣ ਨੂੰ ਵੀ ਨਹੀਂ ਸੀ ਮਿਲਦਾ ਸਿਰੇ ਦੀ ਗਰਮੀ ਦੇ ਵਿੱਚ ਬਿਨਾ ਪੱਖੇ ਤੋਂ ਵੀ ਰਹੇ ਆ ਕਈ ਦਿਨ ਭੁੱਖੇ ਰਹਿ ਕੇ ਵੀ ਗੁਜ਼ਾਰਿਆ ਬਿਨਾ ਰੋਟੀ ਤੋਂ ਕਿਉਂਕਿ ਸਾਊਥੇ ਕਿੱਦਾਂ ਦੀ ਜਗ੍ਹਾ ਆ ਐਦਾਂ ਦਾ ਸਟੇਟ ਆ ਜਿੱਥੇ ਪੰਜਾਬੀ ਬੰਦੇ ਨੂੰ ਰੋਟੀ ਖਾਣ ਨੂੰ ਨਹੀਂ ਮਿਲਦੀ ਕਿਉਂਕਿ ਉਹਨਾਂ ਦਾ ਆਪਣਾ ਫੂਡ ਹੁੰਦਾ ਆ ਤਾਂ ਉੱਥੇ ਪੰਜਾਬੀ ਬੰਦੇ ਲਈ ਸਰਵਾਈਵ ਕਰਨਾ ਥੋੜਾ ਔਖਾ ਆ ਜਿਹੜਾ ਬੰਦਾ ਵੈਜੀਟੇਰੀਅਨ ਆ ਉਹਦੇ ਲਈ ਬਹੁਤ ਔਖਾ ਆ ਕਿਉਂਕਿ ਅਸੀਂ ਮੈਂ ਤੇ ਮੇਰੇ ਹਸਬੰਡ ਦੋਨੋਂ ਵੈਜੀਟੇਰੀਅਨ ਸੀ ਤੇ ਲੱਸੀ ਤੇ ਪਾਣੀ ਤੇ ਕਾਫੀ ਦਿਨ ਉੱਥੇ ਗੁਜ਼ਾਰੇ ਅਸੀਂ ਪਰ ਹਾਂ ਇੱਕ ਉਥੇ ਐਕਸਪੀਰੀਅੰਸ ਵਧੀਆ ਰਿਹਾ ਵੱਖਰੇ ਲੋਕਾਂ ਨਾਲ ਮਿਲਣ ਦਾ ਵੱਖਰੇ ਲੋਕਾਂ ਨਾਲ ਗੱਲ ਕਰਨ ਦਾ ਹਾਲਾਂਕਿ ਲੈਂਗੁਏਜ ਪ੍ਰੋਬਲਮ ਸੀ ਪਰ ਇੱਕ ਇਮੋਸ਼ਨ ਸੀ ਉਹਨਾਂ ਦੇ ਨਾਲ ਅਟੈਚਮੈਂਟ ਹੋਈ ਗੱਲਬਾਤ ਕੀਤੀ ਫਿਰ ਉਸ ਤੋਂ ਬਾਅਦ ਇੱਕ ਸਾਡੇ ਰਾਹ ਦੇ ਵਿੱਚ ਨਹੀਂ ਸੀ ਆਉਂਦਾ ਰਮੇਸ਼ਵਰਮ ਉਹਨੂੰ ਸਰਕਾਰਨ ਦੀ ਇੱਕ ਇੱਛਾ ਸੀ ਕਿਉਂਕਿ ਉੱਥੇ ਕੋਈ ਪੰਜਾਬੀ ਨਹੀਂ ਸੀ ਗਿਆ ਪੰਜਾਬੀ ਜੋੜਾ ਨਹੀਂ ਸੀ ਗਿਆ ਕੋਈ ਪੰਜਾਬ ਦੀ ਧੀ ਨਹੀਂ ਸੀ ਗਈ ਮੈਨੂੰ ਇਹ ਸੀ ਮੈਂ ਆਪਣੇ ਪੰਜਾਬ ਦਾ ਨਾਮ ਰੌਸ਼ਨ ਕਰਾਂ ਉੱਥੇ ਜਾ ਕੇ ਕਿ ਲੋਕਾਂ ਨੂੰ ਪਤਾ ਲੱਗੇ ਪੰਜਾਬ ਚ ਕਿ ਪੰਜਾਬ ਦੀ ਧੀ ਪੰਜਾਬੀਆਂ ਨੂੰ ਪਤਾ ਲੱਗੇ ਉੱਥੇ ਜਾ ਕੇ ਆਈ ਆ ਇਸ ਸਫ਼ਰ ਦੇ ਵਿੱਚ ਕਾਫੀ ਕੁਸ਼ਮ ਚੱਲਿਆ ਧੁੱਪਾਂ ਵਿੱਚ ੱਲੀਆਂ ਮੀਂਹ ਵੀ ੱਲਿਆ ਬਹੁਤ ਮੁਸੀਬਤਾਂ ਦਾ ਸਾਹਮਣਾ ਵੀ ਕੀਤਾ ਕਈ ਦਿਨ ਇਦਾਂ ਦੇ ਵੀ ਆਏ ਜਿਹੜੇ ਏਰੀਏ ਪੂਰੇ ਸ਼ੇਰਾਂ ਨਾਲ ਘਿਰੇ ਹੁੰਦੇ ਸੀ ਪੂਰੇ ਮੋਰੇ ਪਹਾੜੀਆਂ ਹੁੰਦੀਆਂ ਸੀ ਉਸ ਚੀਜ਼ ਨੂੰ ਕੱਢਣਾ ਹੁੰਦਾ ਸੀ ਉਹ ਸਫ਼ਰ ਨੂੰ ਕੱਢਣਾ ਹੁੰਦਾ ਸੀ ਤੇ ਬਹੁਤ ਔਖਾ ਹੁੰਦਾ ਸੀ ਮੈਨੂੰ ਕਿਉਂਕਿ ਮੈਂ ਸਾਈਕਲ ਵੀ ਚਾੜਨੀ ਆ ਤੇ ਧਿਆਨ ਵੀ ਰੱਖਣਾ ਇੱਕ ਮਨ 'ਚ ਡਰ ਹੁੰਦਾ ਸੀ ਕਿਉਂਕਿ ਸਾਈਕਲ ਸੀ ਉਹ ਆਪਣੇ ਕੋ ਕੋ ਕਾਰ ਹੋਵੇ ਜਾਂ ਆਪਣੇ ਕੋ ਬਾਈਕ ਹੋਵੇ ਬੰਦਾ ਦੜਾ ਸਕਦਾ ਪਰ ਉਹ ਸਾਈਕਲ ਸੀ ਅਗਰ ਉਹ ਕੁਝ ਆ ਗਿਆ ਤਾਂ ਉਹਦਾ ਸਾਹਮਣਾ ਕਰਨਾ ਹੀ ਪੈਣਾ ਸੋ ਮੈਂ ਇਹੀ ਕਹਿਣਾ ਚਾਹੁੰਦੀ ਮੈਂ ਉਸ ਚੀਜ਼ਾਂ ਦਾ ਸਾਹਮਣਾ ਕੀਤਾ ਮੈਂ ਆਪਣਾ ਡਰ ਕੱਢਿਆ ਮੈਂ ਆਪਣਾ ਹੌਸਲਾ ਵਧਾਇਆ ਕੁਝ ਕਰਕੇ ਦਿਖਾਇਆ ਮੈਂ ਅੱਜ ਦੇ ਯੂਥ ਨੂੰ ਅੱਜ ਦੀਆਂ ਕੁੜੀਆਂ ਨੂੰ ਇਹੀ ਕਹਿਣਾ ਚਾਹੁੰਦੀ ਅਗਰ ਤੁਹਾਡੇ ਕੋਈ ਸੁਪਨੇ ਹੈ ਤੁਸੀਂ ਉਹਨਾਂ ਨੂੰ ਪੂਰੇ ਕਰੋ ਬਿਨਾਂ ਕਿਸੇ ਝਿਜਕ ਤੋਂ ਬਿਨਾਂ ਕਿਸੇ ਡਰ ਤੋਂ ਆਪਣੇ ਘਰਦਿਆਂ ਨਾਲ ਗੱਲ ਕਰੋ ਅਗਰ ਉਹ ਕਹਿ ਰਹੇ ਆ ਤੁਹਾ ਡਿਸਪੋਰਟ ਕਰ ਰਿਹਾ ਤਾਂ ਤੁਸੀਂ ਘਰੋਂ ਨਿਕਲੋ ਆਪਣੀ ਤੁਹਾਡੀਆਂ ਜੋ ਇੱਛਾਵਾਂ ਆ ਉਹਨਾਂ ਨੂੰ ਪੂਰਾ ਕਰੋ ਉਹਨਾਂ ਨੂੰ ਦਬ ਕੇ ਨਾ ਰੱਖੋ ਅੱਜ ਆਹੀ ਮੌਕਾ ਆ ਹੁਣੇ ਮੌਕਾ ਆ ਅੱਜ ਦਾ ਇਸ ਚੀਜ਼ ਨੂੰ ਪੂਰਾ ਕਰਨ ਦਾ ਸੋ ਸਾਰਿਆਂ ਨੂੰ ਇਹੀ ਮੇਰੀ ਅਪੀਲ ਹੈ ਜੋ ਤੁਹਾਡੇ ਸੁਪਨੇ ਆ ਉਹਨਾਂ ਨੂੰ ਸਰ ਕਰੋ ਕੁਛ ਆਪਣੇ ਲਈ ਕਰਕੇ ਦਿਖਾਓ ਕੁਛ ਆਪਣੇ ਪੰਜਾਬ ਲਈ ਕੁਛ ਆਪਣੇ ਫੈਮਲੀ ਦੇ ਲਈ ਇਹਨਾਂ ਦੇ ਲਈ ਕੁਛ ਨਾ ਕੁਛ ਕਰਕੇ ਦਿਖਾਓ ਤਾਂ ਕਿ ਤੁਹਾਡਾ ਨਾਮ ਵੀ ਉੱਚਾ ਹੋਵੇ ਤੁਹਾਡੇ ਘਰਦਿਆਂ ਦਾ ਨਾਮ ਤੇ ਸਾਡੇ ਪੰਜਾਬ ਦਾ ਨਾਮ ਵੀ ਉੱਚਾ ਹੋਵੇ ਜੇਕਰ ਤੁਹਾਡੀ ਸਟੋਰੀ ਵਿੱਚ ਵੀ ਕਿਸੇ ਨੂੰ ਇਨਸਪਾਇਰ ਕਰਨ ਦਾ ਦਮ ਹੈ ਤੇ ਜੋਸ਼ ਦੇ ਮੰਚ ਤੇ ਆਪਣੀ ਕਹਾਣੀ ਪੇਸ਼ ਕਰਨਾ ਚਾਹੁੰਦੇ ਹੋ ਤਾਂ ਜੋਸ਼ ਟੋਕਸ ਆ ਰਿਹਾ ਹੈ ਤੁਹਾਡੇ ਆਪਣੇ ਸ਼ਹਿਰ ਅੰਮ੍ਰਿਤਸਰ 24-25 ਦਸੰਬਰ ਨੂੰ ਇਸ ਕਯੂਆਰ ਕੋਡ ਨੂੰ ਸਕੈਨ ਕਰੋ ਜਾਂ ਕਮੈਂਟਸ ਵਿੱਚ ਦਿੱਤੇ ਹੋਏ ਲਿੰਕ ਤੇ ਕਲਿੱਕ ਕਰੋ ਤੇ ਪਾਓ ਜੋਸ਼ ਸਪੀਕਰ ਬਣਨ ਦਾ ਮੌਕਾ